Hello ji, Saranu Shastrikal. This blog is dedicated to Guru Nanak Dev University's Youth Festival 2023. बहुत खुश हाँ क्योंकि इस बार मैं भी मौका मिल रहा है गुरु नानक देव यूनिवर्सिटी की स्टेज से बोलन का बिकॉज आई एम ऑलसो अमंग वन ऑफ द एंकर्स तो मैं लेट हाँ अज हो सकता गाला पैन हो सकता ना पैन चलो चलते हैं फिर ऑडिटोरियम च हाजिर हो तो ताड़ी नाल जवाब दे सकदी एक शेर तुहाडे रूबरू करन जा रही हां ये उन्हां लई जिन्हां कोल हुंदा सारा कुछ है पर उन्होंने मार भी फिर भी मिस कॉल ही हुंदी है मोहब्बत सोहणिया नाल नहीं करनी करनी है फिलहाल नहीं करनी दिल में भी है दे दिन्ने हैं पर दिल दी तुसां संभाल नहीं करनी ते इक्को शर्त ते नंबर दवांगे Thank you.
ਹਾਜ਼ਰੀਨ ਤੁਹਾਡੇ ਵਿੱਚੋਂ ਨਾ ਬਹੁਤ ਲੋਕ ਮੇਰੇ ਵਰਗੇ ਹੋਣੇ ਆ ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਸਹੀ ਬੰਦਾ ਕਿਹੜਾ ਤੇ ਗਲਤ ਕੌਣ ਹੈ ਕਿਉਂਕਿ ਅੱਜ ਕੱਲ੍ਹ ਲੋਕ ਨਾ ਮਖੌਟੇ ਪਹਿਨ ਕੇ ਰੱਖਦੇ ਆ ਮੂਹਰੇ ਤੇ ਇੱਦਾਂ ਹੀ ਨਾ ਮੇਰੇ ਵਾਂਗ ਕੋਈ ਕਿਸੇ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਆ ਕੇ ਪਤਾ ਨਹੀਂ ਕਿਹੜੇ ਆਸਮਾਨ ਤੇ ਪਹੁੰਚ ਜਾਂਦਾ ਤੇ ਐਂਡ ਤੇ ਜਦੋਂ ਪਤਾ ਲੱਗਦਾ ਨਾ ਕਿ ਇਹ ਬੰਦਾ ਤੇ ਆਪਣਾ ਉੱਲੂ ਸਿੱਧਾ ਕਰ ਰਿਹਾ ਸੀ ਇਹ ਚੀਜ਼ ਨੂੰ ਦੇਬੀ ਜੀ ਦੇਬੀ ਮਖਸੂਸ ਪੁਰੀ ਜੀ ਕਿੱਦਾਂ ਬਿਆਨ ਕਰਦੇ ਆ ਤੁਹਾਡੀ ਨਜ਼ਰ ਸੁਣ ਕੇ ਜ਼ਰਾ ਕਿ ਉਦਲੀ ਹਵਾ ਤੋਂ ਮੁੜ ਪਿਆ ਉਦਲੀ ਹਵਾ ਤੋਂ ਮੁੜ ਪਿਆ ਧਰਤੀ ਤੇ ਆ ਰਿਹਾ ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈਂ ਪਾ ਰਿਹਾ ਕਿ ਮਿੱਠੀਆਂ ਗੱਲਾਂ ਵਿੱਚ ਆਉਣ ਦੀ ਮਿੱਠੀਆਂ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ ਰੱਜਿਆ ਨਹੀਂ ਹਾਲੇ ਤੱਕ ਧੋਖੇ ਹੀ ਖਾ ਰਿਹਾ ਮੈਂ ਕਿੰਨੇ ਜੋਗਾ ਔਕਾਤ ਕਿੰਨੀ ਮੈਂ ਕਿੰਨੇ ਜੋਗਾ ਔਕਾਤ ਕਿੰਨੀ ਇਹ ਸੋਚਦਾ ਕਿਉਂ ਨਹੀਂ ਕਰਮਾਂ ਵਿੱਚ ਜੋ ਨਹੀਂ ਲਿਖਿਆ ਮੈਂ ਕਾਹਤੋਂ ਜਾ ਰਿਹਾ ਕਰਮਾਂ ਵਿੱਚ ਜੋ ਨਹੀਂ ਲਿਖਿਆ ਮੈਂ ਕਾਹਤੋਂ ਜਾ ਰਿਹਾ ਕਰ
ਮੁਸਕਾਵੇ ਹਨੇਰੀ ਵਾਂਗਰ ਚੜੀ ਜਵਾਨੀ
ਸੀਨੇ ਨੂੰ ਲਾਵੇ ਓਏ ਸੁਬਾ ਸੁਬਾ ਜਦ ਤੱਕ ਆ ਉਸ ਨੂੰ ਕਲੀ ਵਾਂਗ ਮੁਸਕਾਵੇ ਹਨੇਰੀ ਵੰਗਰ ਚੜੀ ਜਵਾਨੀ ਅੱਗ ਸੀਨੇ ਨੂੰ ਲਾਵੇ ਕੁੜੀ ਜਾਪਦੀ ਸੀ ਅੱਲੜ ਕੁਆਰੀ ਲੱਗੇ ਬੁੱਲੀਆਂ ਚੋਂ ਹੱਸਦੀ ਪਿਆਰੀ ਵੀ